ਤਾਂ ਕੁਝ ਇਸ ਢੰਗ ਦੇ ਨਾਲ ਸਾਰੀ ਪਲੈਨਿੰਗ ਰਚੀ ਗਈ ਸੀ ਕਿ ਵੱਖ-ਵੱਖ ਕਿਰਦਾਰ ਸੀ ਤੇ ਹਰ ਕਿਰਦਾਰ ਦੀ ਆਪਣੀ ਵੱਖਰੀ ਭੂਮਿਕਾ ਸੀ ਪਰ ਆਖਰਕਾਰ ਪੁਲਿਸ ਕਈ ਸ਼ੂਟਰਸ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋ ਗਈ ਜਦ ਕਿ ਕਈ ਸ਼ੂਟਰਸ ਹਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਉਧਰ ਵਿੱਕੀ ਮਿੱਡੂਖੇੜਾ ਮਾਮਲੇ ਦੇ ਵਿੱਚ ਸ਼ਗਨ ਪ੍ਰੀਤ ਦੀ ਪਟੀਸ਼ਨ ਤੇ ਹਾਈ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਦੋਹਾਂ ਪੱਖਾਂ ਦੀਆਂ ਦਲੀਲਾਂ ਤੋਂ ਬਾਅਦ ਅਦਾਲਤ ਨੇ ਫੈਸਲਾ ਰਾਖਵਾਂ ਰੱਖ ਲਿਆ ਜਿਵੇਂ ਤੁਹਾਨੂੰ ਦੱਸ ਦਈਏ ਗਾਉਂ ਜ਼ਮਾਨਤ ਲਈ ਵਿੱਕੀ ਮਿੱਡੂਖੇੜਾ ਕਤਲ ਮਾਮਲੇ ਦੇ ਵਿੱਚ ਸ਼ਗਨਪ੍ਰੀਤ ਦੇ ਵਕੀਲ ਵੱਲੋਂ ਇਹ ਪਟੀਸ਼ਨ ਦਾਖਲ ਕੀਤੀ ਗਈ ਸੀ ਫਿਲਹਾਲ ਅਦਾਲਤ ਨੇ ਫੈਸਲਾ ਰਾਖਵਾਂ ਰੱਖ ਲਿਆ ਸ਼ਗਨ ਦੇ ਵਕੀਲ ਦੀ ਦਲੀਲ ਵੇਖਣ ਨੂੰ ਮਿਲੀ ਕਿ ਪੁਲਿਸ ਦੇ ਕੋਲ ਇਸ ਮਾਮਲੇ ਦੇ ਵਿੱਚ ਕੋਈ ਸਬੂਤ ਨਹੀਂ ਹੈ ਜਦਕਿ ਦੱਸ ਦਈਏ ਕਿ ਪੁਲਿਸ ਸ਼ਗਨਪ੍ਰੀਤ ਨੂੰ ਹੀ ਇਸ ਮਾਮਲੇ ਦੇ ਵਿੱਚ ਮੁੱਖ ਮੁਲਜ਼ਮ ਦੱਸ ਰਹੀ ਹੈ ਇਸ ਦੇ ਨਾਲ ਹੀ ਸ਼ਗਨ ਦੇ ਵਕੀਲ ਨੇ ਦਾਅਵਾ ਕੀਤਾ ਕਿ ਉਹ ਭਾਰਤ ਆ ਕੇ ਜਾਂਚ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ ਸ਼ਗਨਪ੍ਰੀਤ ਭਾਰਤ ਆਉਣਾ ਚਾਹੁੰਦਾ ਹੈ ਪਰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਜਾਨ ਨੂੰ ਖਤਰਾ ਹੈ ਸ਼ਗਨ ਨੂੰ ਆਸਟ੍ਰੇਲੀਆ ਜਾਣ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਮੁਲਜ਼ਮ ਬਣਾਇਆ ਗਿਆ ਇਹ ਵੀ ਦਾਅਵਾ ਸ਼ਗਨਪ੍ਰੀਤ ਦੇ ਵਕੀਲ ਨੇ ਅਦਾਲਤ ਦੇ ਵਿੱਚ ਕੀਤਾ ਹੈ ਵਿੱਕੀ ਮਿੱਡੂਖੇੜਾ ਦੇ ਭਰਾ ਦੇ ਵਕੀਲ ਨੇ ਆਪਣਾ ਪੱਖ ਰੱਖਿਆ ਉਹਨਾਂ ਕਿਹਾ ਕਿ 4 ਦਿਨਾਂ ਦੇ ਅੰਦਰ ਅਜਿਹਾ ਕੀ ਹੋ ਗਿਆ ਕਿ ਜੋ ਸ਼ਗਨ ਦੁਬਈ ਤੋਂ ਪਰਤਣ ਤੋਂ ਬਾਅਦ ਆਸਟ੍ਰੇਲੀਆ ਦੌੜ ਗਿਆ ਜਾਂ ਮੁੱਢਲੀ ਜਾਣਕਾਰੀ ਮੁਤਾਬਕ ਆਸਟ੍ਰੇਲੀਆ ਦੇ ਵਿੱਚ ਮੌਜੂਦ ਹੈ ਸ਼ਗਨਪ੍ਰੀਤ ਅਦਾਲਤ ਨੇ ਫਿਲਹਾਲ ਪੁੱਛਿਆ ਕਿ ਗੌਰਵ ਪਟਿਆਲ ਦੇ ਨਾਲ ਸ਼ਗਨਪ੍ਰੀਤ ਦਾ ਆਖਿਰਕਾਰ ਕੀ ਲਿੰਕ ਹੈ ਦੱਸ ਦਈਏ ਕਿ ਕੱਲ੍ਹ ਹੋਈ ਸੁਣਵਾਈ ਦੌਰਾਨ ਪੁਲਿਸ ਨੇ ਮਿੱਡੂਖੇੜਾ ਕਤਲ ਮਾਮਲੇ 'ਚ ਸ਼ਗਨਪ੍ਰੀਤ ਨੂੰ ਮੁੱਖ ਸਾਜ਼ਿਸ਼ਕਰਤਾ ਦੱਸਿਆ ਸੀ ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ 'ਚ ਇੱਕ ਨਾਮ ਬਾਰ ਬਾਰ ਨਿਕਲ ਕੇ ਸਾਹਮਣੇ ਆ ਰਿਹਾ ਸੀ ਤੇ ਉਹ ਸੀ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਦਾ ਨਾਮ ਪਰ ਹੁਣ ਤਾਂ ਪੰਜਾਬ ਪੁਲਿਸ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਸ਼ਗਨਪ੍ਰੀਤ ਹੀ ਵਿੱਕੀ ਮਿੱਡੂਖੇੜਾ ਦੇ ਕਤਲ ਦੇ ਪਿੱਛੇ ਦਾ ਮਾਸਟਰ ਮਾਈਂਡ ਸੀ ਮੁੱਖ ਸਾਜ਼ਿਸ਼ਕਰਤਾ ਸੀ जी हाँ शगनप्रीत की अगाऊ जमानत को लेकर चल रही सुनवाई दौरान पंजाब पुलिस वालों अदालत से एक रिपोर्ट पेश करके यह दावा किया गया कि विक्की मिड्डूखेड़ा के कतल का मास्टरमाइंड कोई होर नहीं मूसेवाला का मैनेजर शगनप्रीत ही सी स्टेटस रिपोर्ट मुताबक पुलिस के हाथ मुढ़ली जांच अजिहे सबूत लगे ने जो यह कहते हैं कि मिड्डूखेड़ा के कतल के पिछे शगनप्रीत का ही हाथ पर हाले भी यह गल क्यासा दे दायरे च ही है कि की मूसेवाला दा इस सब दे नाल कोई लेना देना भी सी जी इस सवाल हाले भी उसे तरह बरकरार हैं क्योंकि पुलिस दा मानना है कि मूसेवाला दा कतल गलत फहमीकरण किया गया ते उना दे हाथ फिलहाल अजिहे कोई सबूत नहीं लगे जो मूसेवाला नूं मिड्डूखेड़ा दे कतलकांड दे नाल जोड़ डीएसपी सुखनाज ने कोर्ट च दस्या है कि अजिहे कई सबूत उन्हां दे हाथ लगे ने जो यह साफ कहंदे ने कि शगनप्रीत ने गौरव पटियाला दे नाल मिल के सब कुछ प्लैन किया सी दस्या जा रहा है कि इस वारदात तो बाद शगनप्रीत फरार होकर आस्ट्रेलिया आ गया है ਵਿੱਕੀ ਮਿੱਡੂਖੜਾ ਦੇ ਕਤਲ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਸ਼ਗਨਪ੍ਰੀਤ ਭੱਜ ਕੇ ਆਸਟ੍ਰੇਲੀਆ ਆ ਗਿਆ ਹੁਣ ਜਦੋਂ ਪੁਲਿਸ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਸ਼ਗਨਪ੍ਰੀਤ ਹੀ ਵਿੱਕੀ ਮਿੱਡੂਖੜਾ ਦੇ ਕਤਲ ਦਾ ਮਾਸਟਰ ਮਾਈਂਡ ਹੈ ਤਾਂ ਸ਼ਗਨਪ੍ਰੀਤ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਨੇ ਹਾਲਾਂਕਿ ਸ਼ਗਨਪ੍ਰੀਤ ਦੇ ਵਕੀਲ ਵੱਲੋਂ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਸ਼ਗਨਪ੍ਰੀਤ ਦਾ ਨਾਂ ਇਸ ਕਤਲ ਮਾਮਲੇ ਵਿੱਚ ਉਸ ਦੇ ਆਸਟ੍ਰੇਲੀਆ ਆਉਣ ਤੋਂ ਬਾਅਦ ਜੋੜਿਆ ਗਿਆ ਉਹ ਸ਼ਗਨਪ੍ਰੀਤ ਪੁਲਿਸ ਦੀ ਜਾਂਚ ਤੋਂ ਭੱਜ ਕੇ ਨਹੀਂ ਸਗੋਂ ਆਪਣੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨੂੰ ਮਿਲਣ ਦੇ ਲਈ ਆਸਟ੍ਰੇਲੀਆ ਆਇਆ ਜੀ ਹਾਂ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਸ਼ਗਨਪ੍ਰੀਤ ਭੱਜ ਕੇ ਆਸਟ੍ਰੇਲੀਆ ਆ ਗਿਆ ਤੇ ਹੁਣ ਜਦ ਪੁਲਿਸ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਸ਼ਗਨਪ੍ਰੀਤ ਹੀ ਮਿੱਡੂਖੇੜਾ ਦੇ ਕਤਲ ਦਾ ਮਾਸਟਰ ਮਾਈਂਡ ਹੈ ਤਾਂ ਸ਼ਗਨਪ੍ਰੀਤ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਨੇ ਹਾਲਾਂਕਿ ਸ਼ਗਨਪ੍ਰੀਤ ਦੇ ਵਕੀਲ ਵੱਲੋਂ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਉਸਦਾ ਨਾਮ ਮਿੱਡੂਖੇੜਾ ਕਤਲ ਮਾਮਲੇ 'ਚ ਉਸ ਦੇ ਆਸਟ੍ਰੇਲੀਆ ਆਉਣ ਤੋਂ ਬਾਅਦ ਜੋੜਿਆ ਗਿਆ ਸੀ ਉਹ ਪੁਲਿਸ ਜਾਂ ਜਾਂਚ ਤੋਂ ਭੱਜ ਕੇ ਨਹੀਂ ਸਗੋਂ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਮਿਲਣ ਦੇ ਲਈ ਆਸਟ੍ਰੇਲੀਆ ਆਇਆ ਹੈ ਪੰਜਾਬ ਪੁਲਿਸ ਦੇ ਇਸ ਖੁਲਾਸੇ ਤੋਂ ਬਾਅਦ ਇਸ ਦਾਅਵੇ ਤੋਂ ਬਾਅਦ ਕਈ ਕਿਆਸਰਾਈਆਂ ਚੱਲ ਰਹੀਆਂ ਨੇ ਕਈ ਨਵੇਂ ਸਵਾਲ ਖੜ੍ਹੇ ਹੋ ਗਏ ਨੇ
कि आखिर शगनप्रीत की मिड्डू खेड़ा दे नाल की दुश्मनी सी, क्यों उसका कतल करवाया गया ते की वाकई मूसेवाला का कतल एक गलत फहमी कारण होया, उसका इस मामले नाल कोई लेना देना भी सी जां फिर नहीं, दसो की समझ। इत्थे यह भी जिक्र करना बनता है कि मूसेवाला के मैनेजर शगनप्रीत की अगाऊ जमानत की अर्जी से पंजाब हरियाणा हाईकोर्ट ने फैसला फिलहाल सुरक्षित रख लिया है। सिद्धू मूसेवाला के करीबी शगनप्रीत ने आज पंजाब ते हरियाणा हाईकोर्ट के एंटीसिपेटरी बेल और प्रोटेक्शन मैटर के जिहड़ी याचिका पाई सी उस दे विच सुनवाई हुई, सारे पक्षों ने अपनी दलीलां रख लिया ने और हाईकोर्ट ने सब दलीलां सुनने तो बाद इस मसले के अपना फैसला जिहड़ा हैगा उसनूं रिजर्व रख लिया, यानी कि सुरक्षित रख लिया। अगर शगनप्रीत के वकील की गल की जाए तो उन्होंने वालों एक जो है दलीलां दित्तियां गईयां ने, उन्होंने वालों साफ किया गया है कि शगनप्रीत को फसाया जा रहा है और शगनप्रीत का विक्की मिड्डू खेड़ा के कतल मामले के नाल कुछ भी लेना देना नहीं है और साफ उन्होंने डेट वाइज दसिया है कि 6 अप्रैल में शगनप्रीत जरा है वो ऑस्ट्रेलिया जाता है, जबकि नामजद जरा है एफ आई आर शगनप्रीत 10 अप्रैल में किया जाता है और जो टावर लोकेशन की भी गल की जा रही हैगी भी बेबुनियाद हैगी है, जबकि अगर पंजाब सरकार की गल की जाए तो पंजाब सरकार ने साफ कह दिता है कि शगनप्रीत जरा है इस मामले के आरोपी है, टावर लोकेशन उन्होंने को मौजूद हैगी है और इसी कारण शगनप्रीत जरा है पूछगिछ की जानी है और यह पता लगाया जाना है कि विक्की मिड्डू खेड़ा मामले के की कुछ होया सी और इस पिछे मोटिव की सी, इसका पता लगाना जरा है वह जरूरी है। कैमरा परसन धनंजय शर्मा के नाल नेहा शर्मा, पीटीसी न्यूज चंडीगढ़। तो विक्की मिड्डू खेड़ा कतल मामले के शगनप्रीत का की रोल से, कि वाकई ची शगनप्रीत ही इस मामले के मुख्य मास्टरमाइंड से, पुलिस का तो फिलहाल यही दावा है, पर वेखना होगा कि अदालत हुण अगाऊ जमानत मामले च आने वाले दिनों की फैसला सुनाती है। रुकांगे फिलहाल इतने एक छोटे जे ब्रेक दे लई, ब्रेक दे उस पार कुछ होर खास खबरां।